दीदी तुसी इन्ना सोहना घुट दे आ ना, कोई कहने की गल ही नहीं, बस इदा ही ना दस 15 दिन मेरे होर कढ़ा दियो। हैं कोई नहीं, तुम फिक्र ना करो, मैं कढ़ा दूँ। हा हाय, अजे तक तो इन्हें रोटी नहीं पकाई, इन्हों तो दोवें जनिया ने इन्ना पखंड फड़िया वा ना, और एक जिहड़ी ओह कह दिंदी आ भी मैं छिले च आ, तो मैं कोई काम ही नहीं कर सकती, मेरा शरीर ही नहीं काम करता, तो दूजी जिहड़ी ओह कह दिंदी आ मेरा मुंडा ही नहीं चुप करता। इन्हों के दोवें इन्ना पखंड फड़िया ना, रीसो रीसी कितने काम में हाथ ही नहीं लाउंदियां, इदां करदियां अज दाई हटाउनी आ, फिर वेखी भला ये छिले वाली काम करती कि नहीं करती, इदा इन्हें सैट आना उदा नहीं इन्हें आना। दीदी चलो ठीक आ, तो कल नूं फिर टाइम नाल ही आ जाइओ। ठीक, चलो। दीदी कर लो नीनी। है नी घुट लिया जा? हाँ जी। हुण पता की करना ही हो? हाँ जी। ਇਹਦੂ ਗਾਹ ਹੁਣ ਤੂੰ ਆਉਣਾ ਨਹੀਂ ਇਹਨੂੰ ਕੁੱਟਣ। ਅੱਛਾ, ਠੀਕ ਆ ਨਾ? ਤੁਹਾਡੀ ਨੂੰਹ ਤਾਂ ਕਹਿੰਦੀ ਆ ਵੀ 15 ਦਿਨ ਮੇਰੇ ਹੋਰ ਕਰਾ ਦਿਓ। ਨੂੰਹ ਨੂੰ ਕਹੀ ਜਾਣ ਦੇ, ਤੂੰ ਨੂੰਹ ਦੀ ਮੰਨਣੀ ਕਿ ਮੇਰੀ ਮੰਨਣੀ ਆ? ਜੋ ਤੈਨੂੰ ਮੈਂ ਕਿਹਾ ਨਾ ਤੈਨੂੰ ਉਹ ਮੰਨਣਾ ਪੈਣਾ ਆ, ਤੇ ਅੱਗੇ ਤੇਰੇ ਮੈਂ ਪੈਸੇ ਦੇ ਦਿੱਤੇ ਆ, ਤੇ ਆਹ ਲੈ ਫੜ, 1000 ਰੁਪਇਆ ਤੇਰਾ ਰਹਿੰਦਾ ਸੀ ਨਾ? ਹਾਂਜੀ। ਆਹ ਲੈ ਫੜ, ਤੇ ਹਿਸਾਬ ਤੇਰਾ ਹੋ ਗਿਆ ਜੀ, ਸਾਰਾ ਕਲੀਅਰ, ਇਹਦੂ ਗਾਹ ਹੁਣ ਨਹੀਂ ਆਉਣਾ। ਠੀਕ ਆ। ਇਹਨਾਂ ਤੇ ਪਖੰਡ ਫੜਿਆ ਆ, ਕੰਮ ਕਰਨ ਦੀ ਮਾਰੀ ਮੰਜਾ ਮਲ ਕੇ ਤੇ ਬੈਠੀ ਰਹਿੰਦੀ ਆ, ਮੈਨੂੰ ਕੋਈ ਕੰਮ ਨਾ ਕਰਨਾ ਪਵੇ। ਚੱਲ ਹਾਂ, ਹੁਣ ਤੈਨੂੰ ਮੈਂ ਹਟਾ ਤਾ ਆ ਨਾ, ਹੁਣ ਤੇ ਕੰਮ ਕਰੇਂਗੀ ਨਾ, ਇਹਦੇ ਵੱਲ ਵੇਖ ਕੇ ਨਾ ਵੱਡੀ ਵੀ ਵਿਗੜੀ ਆ, ਉਹ ਵੀ ਨਹੀਂ ਕਿਸੇ ਕੰਮ ਨੂੰ ਹੱਥ ਲਾਉਂਦੀ। ਮੈਂ ਆਪਣੇ ਪੁੱਤ ਨੂੰ ਦੁੱਧ ਪਿਆ ਲਾ, ਦੁੱਧ ਮਿਲਾ ਮੇਰੇ ਬਾਊ ਜੀ। ਹੈ ਨੀ, ਅਜੇ ਤੱਕ ਰੋਟੀ ਨਹੀਂ ਲਾਈ। ਮੰਮੀ ਜੀ ਆ ਚੋਪੀ ਨਹੀਂ ਖਾਂਦਾ ਹੈਗਾ, ਤੇ ਰੋਟੀ ਮੈਂ ਕੀ ਲਾਉਣੀ ਸੀ? ਬਸ ਤੇਰਾ ਆ ਪਖੰਡ ਨਹੀਂ ਮੁੱਕਦਾ, ਤੇ ਉਹਦੇ ਛਿਲੇ ਦਾ ਨਹੀਂ ਪਖੰਡ ਮੁੱਕਦਾ, ਤੇ ਕੰਮ ਕੌਣ ਕਰੇ? ਤੁਹਾਨੂੰ ਤਾਂ ਮੰਮੀ ਜੀ ਸਾਡੇ ਪਖੰਡੀ ਲੱਗਦੇ ਰਹਿੰਦੇ, ਤੁਹਾਡੇ ਸਾਹਮਣੇ ਹੀ ਚੁੱਪ ਤੇ ਕੰਨ ਨਹੀਂ ਦਿਆ ਹੈਗਾ, ਨਾਲੇ ਤੁਸੀਂ ਉਹਨੂੰ ਕਹਿ ਦੇਵੋ, ਉਹਦਾ ਤੇ ਜਵਾਕ ਨਿੱਕਾ ਜਿਹਾ ਵਾ, ਨਾਲੇ ਉਹ ਰੋਂਦਾ ਵੀ ਨਹੀਂ ਹੈਗਾ। ਇਹਦਾ ਤੇ ਇਹੋ ਮਤਲਬ ਵੀ ਕੰਮ ਨਹੀਂ ਤੁਹਾਡਾ ਦੋਵਾਂ ਨੇ ਰੀਸੋ ਰੀਸੀ ਕੋਈ ਵੀ ਕਰਨਾ, ਇੱਧਰ ਲਿਆ ਮੈਨੂੰ ਫੜਾ ਮੁੰਡਾ ਤੇ ਪਕਾ ਰੋਟੀ ਤੂੰ। ਤੁਹਾਨੂੰ ਤਾਂ ਮੰਮੀ ਸਾਡੇ ਪਖੰਡੀ ਲੱਗਦੇ ਰਹਿੰਦੇ ਆ। ਪਖੰਡੀ ਆ ਵੀ ਹੋਰ ਕੀ ਆ, ਅਸੀਂ ਭਲਾ ਕਿਤੇ ਕੰਮ ਕਰਦੇ ਆ? ਕਿੱਡੇ ਚਲਾਕ ਆ ਮੰਮੀ, ਮੁੰਡਾ ਮੇਰੇ ਤੋਂ ਫੜ ਕੇ ਲੈ ਗਏ ਆ, ਮੈਨੂੰ ਕਹਿੰਦੇ ਕੰਮ ਕਰ ਲਵੇ, ਉਹਦਾ 1.5 ਮਹੀਨਾ ਹੋ ਗਿਆ ਵਾ, ਭਲਾ ਉਹਦਾ ਹਜੇ ਤੱਕ ਸ਼ਿਲਾ ਹੀ ਨਹੀਂ ਮੁੱਕਿਆ ਹੈਗਾ। ਕੰਮ ਮੈਂ ਵੀ ਨਹੀਂ ਉਹਨਾਂ ਜ਼ਿਕਰ ਕਰਨਾ, ਬਹਾਨੇ ਮੇਰੇ ਤੋਂ ਵੜੇ ਆ, ਉਹ ਕਿੱਡੀ ਚਲਾਕ ਆ ਬੈਠੀ ਰਹਿੰਦੀ ਛਿਲੇ ਦਾ ਬਹਾਨਾ ਲਾ ਕੇ। ਹਾਏ, ਕਿੰਨੇ ਟਾਈਮ ਹੋ ਗਿਆ, ਅਜੇ ਤੱਕ ਦਾਈ ਆਈ ਹੀ ਨਹੀਂ ਆ, ਪਤਾ ਨਹੀਂ ਕਿੱਥੇ ਰਹਿ ਗਈ ਆ। ਮੁੰਡੇ ਦੇ ਵੀ ਫੋਟੜੇ ਸਾਰੇ ਗਿੱਲੇ ਹੋ ਗਏ ਆ, ਧੋਣ ਵਾਲੇ ਹੋਏ ਆ। ਕਿਹਾ ਵੀ ਹੈਗਾ ਜੀ ਮੈਂ ਕਿ ਟਾਈਮ ਨਾਲ ਆ ਜਾਓ। ਇਹਨਾਂ ਦੇ ਆਪਣੇ ਨਹੀਂ ਕਰਦੇ ਕੰਮ ਮੁੱਕਦੇ ਕਿਤੇ। ਉਹ ਕੀ ਕਰਦਾ ਮੇਰਾ ਪੁੱਤ? ਪੁੱਤ ਨੇ ਸਾਰੇ ਕੱਪੜੇ ਗਿੱਲੇ ਕੀਤੇ ਸੁਸੂਆਂ ਦੇ ਨਾਲ। ਓਏ ਕੀ ਕਰਦਾ ਸੀ? ਦਾਈ ਨਹੀਂ ਅਜੇ ਤੱਕ ਆਈ, ਮੰਮੀ ਨੂੰ ਪੁੱਛੋ ਕਿਉਂ ਨਹੀਂ ਆਈ। ਹੁਣ ਮੈਨੂੰ ਕੀ ਪਤਾ ਕਿਉਂ ਨਹੀਂ ਆਈ? ਤੇ ਜਾਓ ਮੰਮੀ ਨੂੰ ਪੁੱਛੋ, ਨਹੀਂ ਤੇ ਮੰਮੀ ਨੂੰ ਉਹਨਾਂ ਦੇ ਘਰ ਘੱਲੋ। ਉਹ ਠੀਕ ਆ, ਘਲਾ ਦਿੰਦਾ ਵਾਂ, ਪੁੱਤ ਮੇਰੇ ਨਾਲ ਮੈਨੂੰ ਖੇਡਣ ਦੇਈ। ਪੁੱਤ ਨਾਲ ਬਾਅਦ ਚੋਂ ਖੇਡ ਲਿਓ। ਮੰਮੀ, ਪ੍ਰੀਤ ਕਹਿਣ ਡਈ ਸੀ ਵੀ ਦਾਈ ਨਹੀਂ ਆਈ, ਪਤਾ ਕਰਨਾ ਸੀ ਜਾ ਕੇ। ਵੇ ਦਾਈ ਨੇ ਕੀ ਕਰਨ ਆਉਣਾ ਵਾ, ਹੁਣ ਤਾਂ ਮੈਂ ਜਵਾਬ ਦੇ ਦਿੱਤਾ ਆ। ਹੈ ਜਵਾਬ ਦੇ ਦਿੱਤਾ? ਤੇ ਦੇਣਾ ਨਹੀਂ ਜਵਾਬ, 1.5 ਮਹੀਨਾ ਤੇ ਹੋ ਗਿਆ ਆ ਦਾਈ ਆਉਂਦੀ ਨੂੰ, ਅਜੇ ਜਵਾਬ ਹੀ ਨਹੀਂ ਦੇਣਾ। ਚੱਲ ਮੰਮੀ, ਹਫ਼ਤਾ ਕੁ ਹੋਰ ਰਹਿਣ ਦੇਣਾ ਸੀ। ਵੇ ਹਫ਼ਤੇ ਕੁ ਹੋਰ ਨਾ, ਕੀ ਕੋਈ ਰੱਬ ਹੋਰ ਹੋ ਜਾਣਾ ਆ, ਉਹਨੂੰ ਕਹਾ ਹੁਣ ਉੱਠ ਕੇ ਤੇ ਆਪ ਕੰਮ ਕਰਿਆ ਕਰ ਸਾਰੇ ਆਪਣੇ। ਤੁਹਾਨੂੰ ਤਾਂ ਪਤਾ ਹੀ ਆ ਮੰਮੀ, ਐਡੀ ਛੇਤੀ ਉੱਠ ਕੇ ਉਹਨੇ ਕਿੱਥੋਂ ਕਰ ਲੈਣੇ ਹੁਣ ਕੰਮ, ਹੁਣ ਦਾਈ ਵਾਲੇ ਕੰਮ ਕੌਣ ਕਰੂਗਾ? ਤੂੰ ਕਰ ਲਿਆ ਕਰੀ, ਨਹੀਂ ਉਹਦੇ ਕੋਲ ਹੁੰਦੇ ਤੇ ਤੂੰ ਕਰ ਲਈ ਫਿਰ। ਆਹੋ ਹੁਣ ਮੇਰੇ ਕੋਲ ਦਾਈ ਵਾਲੇ ਕੰਮ ਕਰਾਓ। ਤੇ ਤੇਰੇ ਕੋਲ ਹੀ ਕਰਾਉਣੇ ਆ, ਜਦੋਂ ਤੈਨੂੰ ਦਾਈ ਦਾ ਫਿਕਰ ਪਿਆ, ਮੈਂ ਦੇਤਾ ਉਹਨੂੰ ਜਵਾਬ, ਦਾਈ ਨੇ ਨਹੀਂ ਗਿਆਉਣਾ, ਉਹਨੂੰ ਕਹਾ ਉੱਠ ਕੇ ਤੇ ਕੰਮ ਕਰਿਆ ਕਰ ਆਪਣਾ। ਚਲੋ ਠੀਕ ਆ, ਮੈਂ ਕਹਿ ਦਿੰਦਾ ਮੰਮੀ ਨੇ ਮਨਾ ਕਰਤਾ ਆ ਮੈਨੂੰ ਵੀ। ਨਹੀਂ ਮਨਾ ਉਹਨੂੰ ਅਜੇ ਤੱਕ ਕਰਨਾ ਹੀ ਨਹੀਂ, ਦਾਈ ਦਾ ਪਖੰਡ ਕਰਕੇ ਤੇ ਬੈਠੀ ਰਹਿੰਦੀ ਆ, ਕਿਤੇ ਅੰਦਰੋਂ ਨਹੀਂ ਗੀ ਨਿਕਲਦੀ। ਕੀ ਕਹਿੰਦੇ ਮੰਮੀ, ਗਏ?
ਉਹਦੇ ਵੱਲ ਕਿ ਨਹੀਂ ਮੰਮੀ ਨੇ ਤਾਂ ਦਾਈ ਨੂੰ ਜਵਾਬ ਦਿੱਤਾ ਕਿਹੜੀ ਗੱਲੋਂ ਗੱਲੋਂ ਕੀ ਮੰਮੀ ਕਹਿੰਦੇ ਡੇਢ ਮਹੀਨਾ ਤਾਂ ਹੋ ਗਿਆ ਵਾ ਹੁਣ ਆਪਣਾ ਕੰਮ ਆਪ ਕਰਿਆ ਕਰੇ ਵੇਖ ਲਓ ਫਿਰ ਮੰਮੀ ਦੇ ਕੰਮ ਮੰਮੀ ਮੇਰੇ 'ਚ ਅਤੇ ਦੀਦੀ 'ਚ ਫਿਰ ਵਿਕਤਰਾ ਕਰਦੇ ਹੋਏ ਨਾ ਦੀਦੀ ਵਾਰੀ 2 ਮਹੀਨੇ ਲਾ ਛੱਡੀ ਸੀ ਅਤੇ ਮੇਰੇ ਵਾਰੀ 1.5 ਮਹੀਨੇ 'ਤੇ ਹਟਾ ਦਿੱਤੀ ਆ ਹੁਣ ਦੱਸ ਮੈਂ ਕੀ ਕਰਾਂ ਫਿਰ ਜੇ ਹਟਾਤੀ ਆ ਤੇ ਇੱਦਾਂ ਕਰੋ ਮੇਰਾ ਸਿਰ ਘੁੱਟੋ ਮੇਰਾ ਸਿਰ ਬੜਾ ਪੀੜ ਹੋਣ ਡਿਆ ਵਾ ਹੁਣ ਮੈਂ ਤੇਰਾ ਸਿਰ ਘੁੱਟਾਂ ਅਤੇ ਹੋਰ ਕੀ ਘੁੱਟਣਾ ਨਹੀਂ ਆ ਜਦੋਂ ਵਿਆਹ ਕਰਾਇਆ ਸੀ ਔਰ 7 ਜਨਮਾਂ ਤੱਕ ਸੱਸ ਦੇ ਦਾ ਵਾਰਾ ਕੀਤਾ ਸੀ ਕਿ ਨਹੀਂ ਸੀ ਕੀਤਾ 1 ਜਨਮ 'ਚ ਤੁਸੀਂ ਤਾਂ ਭੁੱਲ ਗਏ ਜੇ ਉਹ ਘੁੱਟ ਦਿੰਦਾ ਬਾਬਾ ਕਿੱਡੀ ਛੇਤੀ ਲਾਵਾਂ 'ਤੇ ਜਾਂਦੀਆਂ ਜੇ ਕੋਈ ਵੇਖੂਗਾ ਤਾਂ ਕੀ ਕਹੂਗਾ ਮੈਨੂੰ ਜੋ ਮਰਜ਼ੀ ਕੋਈ ਕਵੇ ਤੇ ਮੈਂ ਆਪਣੀ ਮੰਮੀ ਨੂੰ ਕਹਿਣਾ ਸੀ ਨਾ ਨਹੀਂ ਸੀ ਹਟਾਉਣਾ ਹੈਂ ਕੀ ਗੱਲ ਆ ਜਾਪ ਦਾਈ ਬਣੀ ਫਿਰਦੇ ਆ ਉਹ ਦਾਈ ਕੀ ਆਪ ਬਾਨਾ ਆ ਮੰਮੀ ਨੇ ਦਾਈ ਹਟਾਤੀ ਆ ਤੇ ਪ੍ਰੀਤ ਕਹਿੰਦੀ ਸਿਰ ਬੜਾ ਦੁਖਣ ਡਿਆ ਤੇ ਮੈਂ ਕਿਹਾ ਚੱਲ ਮੈਂ ਹੀ 2 ਹੱਥ ਮਾਰ ਦਿੰਨਾ ਚਲੋ ਕੋਈ ਨਹੀਂ ਕਰੋ ਕਰੋ ਸੇਵਾ ਘਰ ਵਾਲੀ ਦੀ ਸੇਵਾ ਕਰਨੀ ਚਾਹੀਦੀ ਆ ਸੇਵਾ ਕਰੀਏ ਤੇ ਮੇਵਾ ਮਿਲਦਾ ਹੀ ਆ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਆ ਚਲੋ ਲੱਗੇ ਰਹੋ ਕਰੋ ਸੇਵਾ ਫਿਰ ਕੀ ਕਰੀਏ ਵਿਆਹ ਕਰਾਇਆ ਵਾ ਸੇਵਾ ਤਾਂ ਫਿਰ ਕਰਨੀ ਪੈਣੀ ਆ ਆਹ ਤਾਂ ਮੰਮੀ ਨੇ ਚੰਗਾ ਕੀਤਾ ਦਾਈ ਨੂੰ ਹਟਾਤਾ ਹੁਣ ਵੇਖਦੀ ਨਾ ਮੈਡਮ ਕਿੰਨੇ ਕੁ ਬਹਾਨੇ ਬਣਾਉਂਦੀ ਆ ਉੱਠਦੀ ਨਹੀਂ ਸੀਗੀ ਵਿੱਕੀ ਹੁਣ ਇੱਦਾਂ ਕਰੋ ਕਿ ਆ ਮੁੰਡੇ ਦੇ ਸੁਸੂ ਵਾਲੇ ਪੋਤੜੇ ਆ ਧੋ ਲਿਆਓ ਹੁਣ ਪੋਤੜੇ ਵੀ ਮੈਂ ਧੋਵਾਂ ਤੇ ਵਿੱਕੀ ਧੋਣੇ ਹੀ ਪੈਣੇ ਆ ਜਦੋਂ ਮੰਮੀ ਨੇ ਦਾਈ ਨੂੰ ਹਟਾ ਦਿੱਤਾ ਵਾ ਹੁਣ ਠੰਡੇ ਪਾਣੀ ਦੇ ਵਿੱਚ ਮੈਂ ਤੇ ਨਹੀਂ ਨਾ ਹੱਥ ਮਾਰਦੇ ਹੈਗੇ ਭਾਬੀ ਅੱਗੇ ਮਖੌਲ ਗਾਂਢੀ ਸੀ ਜੇ ਮੈਨੂੰ ਪੋਤੜੇ ਧੋਂਦਿਆਂ ਵੇਖ ਲਿਆ ਮੇਰੀ ਕੀ ਇੱਜ਼ਤ ਰਹਿ ਜੂਗੀ ਨਹੀਂ ਜੇ ਇੰਨਾ ਹੀ ਇੱਜ਼ਤ ਦਾ ਖਿਆਲ ਸੀ ਨਾ ਮੰਮੀ ਆਪਣੀ ਨੂੰ ਕਹਿਣਾ ਸੀ ਨਾ ਦਾਈ ਨੂੰ ਨਾ ਹਟਾਉਂਦੇ ਦੱਸੋ ਚੁੱਪ ਕਰਕੇ ਜਾ ਕੇ ਤੇ ਪੋਤੜੇ ਧੋ ਕੇ ਲਿਆਓ ਫਸ ਤਾਂ ਮੈਂ ਵਿਚਾਰਾ ਗਿਆ ਆ ਜੇ ਮੰਮੀ ਕੋਲ ਜਾਂਦਾ ਆ ਉਹ ਨਹੀਂ ਕਿਸੇ ਬੰਨੇ ਆਖੇ ਲੱਗਦੇ ਤੇ ਜੇ ਹੁਣ ਤੇਰੇ ਕੋਲ ਆ ਤੇ ਤੂੰ ਕਹਿੰਦੀ ਆ ਵੀ ਸਾਰੇ ਕੰਮ ਦਾਈ ਵਾਲੇ ਕਰੋ ਉਹ ਧੋ ਲਿਆਉਂਦਾ ਵਾ ਤੇ ਕਰਨੇ ਹੀ ਪੈਣੇ ਆ ਵਹਿੰਦੀ ਕਿੱਦਾਂ ਮੇਰੇ ਵੱਲ ਵੀਰ ਜੀ ਇੱਧਰ ਆਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਇੱਥੇ ਹੀ ਦੱਸ ਦੇ ਕਿਹੜੀ ਗੱਲ ਕਰਨੀ ਆ ਵਾਹ ਉਹ ਤੇ ਸਹੀ ਉਹ ਭਰਾਵਾ ਇੱਥੇ ਦੱਸ ਦੇ ਕੀ ਗੱਲ ਕਰਨੀ ਆ ਉੱਥੇ ਵੇ ਕਿਹੜਾ ਕੰਚ ਵਾਲਾ ਪਾਉਣਾ ਨੂੰ ਉਹ ਬਹੁਤ ਸਹੀ ਬਹਿਣ ਵਾਲੀ ਗੱਲ ਆ ਮੈਂ ਤੁਹਾਨੂੰ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਵੀਰ ਜੀ ਮੇਰੀ ਸੁਣੋ ਗੱਲ ਮੇਰੇ ਵੀ ਯਾਰ ਵਿਆਹ ਬਾਰੇ ਸੋਚੋ ਕੁਝ ਮੈਂ ਵੀ ਕਰਾਉਣਾ ਮੇਰਾ ਵੀ ਜੀ ਕਰਦਾ ਵਾ ਉਹ ਟੱਕਿਆ ਰਿਹਾ ਅਸੀਂ ਕਿਹੜਾ ਵਿਆਹ ਕਰਵਾ ਕੇ ਮਾਊਂਟ ਐਵਰੈਸਟ 'ਤੇ ਝੰਡਾ ਗੱਡ ਆਏ ਹਾਂ ਆਹ ਵੇਖ ਲਾ ਪੋਤੜੇ ਧੋਣ ਡਏ ਹਾਂ ਵੀਰ ਜੀ ਪੋਤੜੇ ਤੁਹਾਡੇ ਮੈਂ ਧੋ ਦਿੰਦਾ ਉਹ ਭਰਾਵਾ ਮੇਰੇ ਨਹੀਂ ਆ ਭਤੀਜੇ ਤੇਰੇ ਦੇ ਆ ਉਹ ਕੋਈ ਗੱਲ ਨਹੀਂ ਭਤੀਜੇ ਦੇ ਆ ਤੇ ਕੋਈ ਨਹੀਂ ਮੈਂ ਧੋ ਦਿੰਦਾ ਵਾਂ ਤੁਸੀਂ ਮੇਰਾ ਪਹਿਲਾਂ ਸੋਚੋ ਕੁਝ ਬੜਾ ਕਾਲਾ ਵਾ ਵਿਆਹ ਕਰਾਉਣ ਨੂੰ ਓਏ ਵਿਆਹ ਵਾਲਾ ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ ਵਾ ਜਦੋਂ ਆਪ ਖਾ ਲਈਏ ਨਾ ਉਦੋਂ ਹਮੇਸ਼ਾ ਤੰਗ ਕਰਦਾ ਬੰਦੇ ਨੂੰ ਪਰ ਵੀਰ ਜੀ ਮੇਰੇ ਸਾਰੇ ਯਾਰਾਂ ਦੋਸਤਾਂ ਦੇ ਵਿਆਹ ਹੋ ਗਏ ਆ ਉਹ ਤਾਂ ਮੈਨੂੰ ਹੁਣ ਮਿਹਣੇ ਮਾਰਨ ਲੱਗ ਪਏ ਆ ਕਹਿੰਦੇ ਆ ਗਿਆ ਪੋ ਬਚਣਗੇ ਉਹ ਜਿਹੜੇ ਸੌਣਗੇ ਦੋ ਤੇ ਤੂੰ ਇੱਦਾਂ ਕਰ ਹਾਂ ਮੇਰੇ ਨਾਲ ਸੌਂ ਜਿਆ ਕਰ ਮੈਂ ਵੀ ਆ ਥੋੜ੍ਹੇ ਕੁ ਦਿਨ ਪਹਿਲਾਂ ਹੀ ਵਿਆਹਿਆ ਸੀ ਆ ਮੁੰਡਾ ਹੋਣ ਤੋਂ ਬਾਅਦ ਮੈਂ ਵੀ ਕੁਆਰਾ ਹੀ ਹਾਂ ਮੇਰੇ ਨਾਲ ਸੌਂ ਜਿਆ ਕਰ ਚੰਗਾ ਵੀਰ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਕਰੋ ਹਾਂ ਤੁਸੀਂ ਘਰਦਿਆਂ ਨਾਲ ਗੱਲ ਪੋਤੜੇ ਮੈਂ ਧੋ ਦਿੰਦਾ ਵਾਂ ਉਹ ਠੀਕ ਆ ਭਰਾਵਾ ਕਰ ਲੈਂਦਾ ਮੈਂ ਘਰਦਿਆਂ ਨਾਲ ਗੱਲ ਹੁਣ ਘਰਦਿਆਂ ਦੀ ਸਲਾਹ ਨਾਲ ਹੀ ਹੋਣਾ ਸਾਰਾ ਕੰਮ ਜਦ ਪੋਤੜੇ ਧੋ ਕੇ ਲਿਆ ਮੈਂ ਪੋਤੜੇ ਧੋ ਦਿੰਦਾ ਵਾਂ ਇਹ ਨਾ ਵੀ ਮੈਂ ਪੋਤੜੇ ਧੋਂਦਾ ਰਹਿ ਜਾਂ ਅਤੇ ਵਿਆਹ ਦਾ ਤੁਸੀਂ ਕਰੋ ਹੀ ਨਾ ਹੱਲ ਮੇਰਾ ਉਹ ਭਰਾਵਾ ਹੋ ਜਾਊਗਾ ਤੂੰ ਤਾਂ ਐਂ ਕਾਹਲਾ ਵਗਣ ਡਿਆ ਕਿ ਤੈਨੂੰ ਮੈਂ ਅੱਜ ਹੀ ਲਿਆਉਣਾ ਘਰ ਵਾਲੀ ਹੈ ਚਲੋ ਵਿਆਹ ਕਰਾਉਣਾ ਕਿਤੇ ਸੌਖਾ ਵਾ ਇਹ ਤਾਂ ਐਂ ਕਹਿਣ ਡਿਆ ਜਿੱਦਾਂ ਕਮੇਟੀ ਚੁੱਕਣੀ ਹੁੰਦੀ ਆ ਅੱਜ ਹੀ ਲੈ ਆਓ ਚਾਚੀ ਕੀ ਕਰਨ ਡਏ ਹੋ ਨਹੀਂ ਕਰਨਾ ਕੀ ਆ ਆ ਕੱਪੜੇ ਥੋੜੇ ਜਿਹੇ ਮੈਂ ਇਹਨਾਂ ਨੂੰ ਜੋੜ ਦੇਣੀ ਆ ਅੱਛਾ ਤੇ ਨੂੰਹਾਂ ਕਿੱਥੇ ਗਈਆਂ ਤੁਹਾਡੀਆਂ ਨੋਵਾ ਸ਼ਿਲੇ 'ਚ ਹੈ ਸ਼ਿਲੇ 'ਚ ਇੱਕ ਤੇ ਸੁੱਖਣਾ 2 ਮਹੀਨੇ ਦਾ ਹੀ ਮੁੰਡਾ ਅਜੇ ਤੇ ਇੱਕ ਤੇ 4 ਦਾ ਹੋ ਗਿਆ ਤੇ ਅਜੇ ਵੀ ਸ਼ਿਲੇ 'ਚ ਨਹੀਂ ਜਦੋਂ ਅੰਦਰੋਂ ਨਹੀਂ ਨਿਕਲਣਾ ਤੇ ਸ਼ਿਲੇ 'ਚ ਹੀ ਹੋਈਆਂ ਅੱਛਾ ਵੈਸੇ ਇੱਕ ਗੱਲ ਆ ਚਾਚੀ ਜੀ ਜਦੋਂ ਮੇਰਾ ਹੋਇਆ ਸੀ ਨਾ ਕਾਕਾ ਤੇ ਮੈਨੂੰ ਤੇ ਮੇਰੀ ਸੱਸ ਨੇ 13 ਦਿਨਾਂ ਦਾ ਸੀ ਕਾਕਾ ਜਦੋਂ ਮੈਨੂੰ ਚੌਂਕੇ ਚਾੜਦਾ ਸੀ ਨਹੀਂ ਇਹ ਬਥੇਰੀਆਂ ਪੱਕੀਆਂ ਪੀਠੀਆਂ ਆ ਇਹਨਾਂ ਦੀ ਗੱਲ ਜਾਣਦੇ ਤੂੰ ਹੈਨੀ ਕਿਉਂ ਝੂਠ ਮਾਰਨੀ ਆ ਤੈਨੂੰ ਮੈਂ ਪੂਰੇ 21 ਦਿਨਾਂ ਬਾਅਦ ਚੌਂਕੇ ਚੜਾਇਆ ਸੀ ਤੁਹਾਨੂੰ 13 ਦਿਨਾਂ ਬਾਅਦ ਕਹਿਣ ਡਈ ਆ ਨਹੀਂ ਤੈਨੂੰ ਮੈਂ ਪੂਰੀ ਅਰੈਸਟ ਕਰਾਈ ਸੀ ਪੂਰੇ 21 ਦਿਨਾਂ ਬਾਅਦ ਚੌਂਕੇ ਚੜਾਇਆ ਸੀ ਕਿੱਡੇ ਸਵਾਦ ਲਾਉਣ ਡਈਆਂ ਨੇ ਗੱਲਾਂ ਕਰ ਕਰਕੇ ਮੈਨੂੰ ਨੀ ਪਤਾ ਕਿਹੜੀ ਗੱਲ ਚੁੱਪ ਕੀਤੀ ਨਿਕਲ ਆਉਂਦੀ ਆ ਆਣ ਕੇ ਤੇ ਮੈਂ ਗੱਲਾਂ ਕਰਦੀ ਰਹਿੰਦੀ ਆ ਮਾਂ ਕਿ ਐਵੇਂ ਨਾ ਮੰਮੀ ਜੀ ਝੂਠ ਬੋਲ ਮੈਨੂੰ ਪਤਾ ਜਿੰਨੀ ਤੁਸੀਂ ਅਰੈਸਟ ਕਰਾਈ ਸਾਰਾ ਮੈਂ ਜਾਣਦੀ ਆ ਤੈਨੂੰ ਚੇਤਾ ਭੁੱਲਦਾ ਵਾ ਮੈਨੂੰ ਨੀ ਚੇਤਾ ਭੁੱਲਦਾ ਕਿੱਡੀ ਆਣ ਕੇ ਮੇਰੇ ਗਵਾਂਢ ਆਣ ਕੇ ਬੇਇੱਜ਼ਤੀ ਕਰਾਉਣ ਡਈ ਗੱਲਾਂ ਕਰ ਕਰਕੇ ਆ ਕੋਈ ਇੱਜ਼ਤ ਕਰਾਉਣੀ ਆ ਤੇ ਮੇਰੀ
मम्मी मैं उदा ही आई हूँ दो मिनट गलां करन, तुसीं ते मगर ही आ गए हो मेरे, दो मिनट गल भी नहीं करन दित्ती मैनूं। मैं सब सुन लिया तेरा, मैं ते गांह जाण डई आ, मैं तेरी गल सुन के इधर नूं आई हां। नहीं भैणा जे लड़ना वा ना तो जाओ अपने घर जाके लड़ो, इतने तो अगे नहीं कि लड़ाई हटती। आहो ये चुंझ पूरी जे मैं गांह लंघ जाती। नहीं भैणा मैं नहीं चुंझ उड़ाउंदी, मैनू की लोड़ चुंझ उड़ाउंदी, मेरे घर से आप नहीं ये काम मुकदा। के मैं आ गई है ना तो हम तुम दोवें सच्चियां हो डाइया, अजे कर लो लो मैं चल जानी हूँ। दसा भैणा का भला चुगली करनी एवं जान के तेरी सस नूं एवं पिया ना, मेरिया तो अपन नहीं लड़न हटदियां तो मैं कहना चुगलियां कादियां करनियां आ। वेख लो चाची जी सारा कुछ करद्या करद्या मैं ना इन्नी बदनामी दवाई है मैनू, उदो मैनू बहाने नाल ही ना 13 दिनों का ही काका जो मैंने ठालता है, तो हूँ ना सा घर घर जाके आंदे आ भी 21 दिन किराए दे। मैं नहीं तू तो फिर भी चंगी आ जिहड़ी 21 दिन बाद काम कर लग पी, आ जिहड़ियां आईयो दोवें जाणियां न्याणे वेख ला इन्हां दे हुण किन्ने किन्ने टाइम हो गया इन्हां नूं खा खा के ना दोवें दोहरे दोहरे भांडे ते कितें काम नूं हत्थ नहीं लाउंदियां। ते चाची मेरी तो सस ने मैं भांडा की बना के देना वा, भांडे का मूंह नहीं विखा लिया, वह तो मेरे पेक्या ने जरा भांडा लिया ही वह भी अद्धा मैं मिलया तो अद्धा इन्होंने आप ही खा छड़िया। नहीं तू ये की गल कर रही है जेडे इन्होंने दोवे पेक्या के भांडे आए ही ना कि दोवे ने एडे एडे ताले ला के रखे ही हो कि मासा उन्होंने वासना नहीं बाहर निकल देंदियां भी कि माई ना कि मासा चिमचा भी चो खा ले तो खादियां पीदियां वेख ला फिर भी कितने काम हाथ नहीं हो दोवें लाउंदियां। चल चाची तुम तो फिर भी चंगे हो भी इन्होंने दोवों का इन्ना करी जान दो, जे कि मेरी सस इतने होंगी ना दोवों गुत्तों फटके घरों भी कड़ देना ही। चल फिर चाची मैं चलनी हाँ कित होर ना, मेरी सस उत्ते ही आ जाए मुड़ के घर जाके भी मैं आडा लाना पैना नाल अजे। नहीं चल ठीक है भैना जा भैना जाके लाई फिर आडा, मेरे तो अपने आडे लगे रेंदे आते है वे। हाँ जी और दो भांडे पे रसोई जी जा मांज दे। बल्ले ताडे मम्मी दो दो नूहां ताडियां तो हुण भांडे भी मैं मांजा। ते भांडे तू ही मांजणे आ वी, ओ मैडम नूं तो बड़ा नप्पदा कुटदा आ किते पोतले भी धुन आया तू। ते की करां फिर मम्मी जदों तुसीं दाई नूं हटाता आ ते फिर मैनूं ही करना पैणा। वे जे मैं दाई ना हटाउंदी ते उहने ते 6 महीने अंदरों ही नहीं निकलना। ते मम्मी हुण किहड़ा ओह अंदरों निकल गई आ ते हुण तूं जो दाई बणिया फिरदा आ। सही गल आ मम्मी मैनूं दाई बणा के रहता इस घर दे विच, मैनूं तां सच्ची दाई वाली फीलिंग आउण डै पई आ। मेरा तो हम जी करता कि मैं पिंड दे विच भी दाई वाला काम कर लिया करा, नाले कमाई हो जाया करूगी। इदा कर नाले तो दाई वाला काम करया कर, नाले लोगों को कुट खाया करी तो नाले लोगों के बुढ़िया कुटिया करी चंगा। होर फिर दसो की करा, वेखे किदा तेरा लक लाल करते आ, तेन जिहड़ी फीलिंग आउण डै पई आ दाइया वाली। चलो ठीक है मांज दिना वा। मांज के मांजने नहीं हो, आधी होई पई आ ओदी वारी, किते मासा नहीं थकदा ओदी वारी नहीं कुछ भी कहिंदा। इदा कर दी हाँ भी कोई स्कीम लाउनी आ, उदा नहीं इन्होंने अंदरों निकलना। किदा प्रीत साहिब दा? मम्मी अजे हुणे ही सुता वा। सो गया मेरे पुत्तू? हाँ जी। किदा तेरे शरीर दा? मम्मी शरीर इदा ही आ, बस ठंड दे करके ना लक बड़ा दुखदा वा। इहदा मतलब भी अजे नहीं तेरे को तुरिया फिरिया जांदा उहो जिहा? नहीं नहीं अजे नहीं, अजे काम कार भी नहीं कीता जांदा मासा जिन्ना। मेरी भैन दे मुंडे दा विआह। अच्छा फिर मैं इदा कर दी भी उन्हू पुछ लैनी आ, उन्हू लै जांगी नाल। चलो कोई गल नहीं वेख लो। हाँ चल ठीक है। हाँ जी मम्मी किन्ने चलाक आ, सीधा नहीं आण के मैनू आख्या कि विआह आ गया, पहला मेरा हाल चाल पुछया कि ए ना कर दे, जाऊंगी ते मैं भी, जे ओ जाऊगी ना ते मैं भी जाऊंगी, जे ओ कल्ली गई सारे सगन ते उहदे मुंडे नू मिल जाने आ, मेरा मुंडा पिछे रह जाणा, जाऊंगी ते मैं भी भावें मैनूं दो दो कोटियां पा के ना जाना पवे, है ना असीं जावांगे विआह। राजविंदर? हाँ जी। जिहड़े दो कपड़े धोण वाले धो लई हो? नहीं मम्मी जिहड़े धोणे आ इहनूं मैं कहा पहिलां संभालवां, रोई जांदा सीगा। अजे धोते ही नहीं? नहीं अजे नहीं धोते। मेरी ना भैण दे मुंडे दा विआह आ। हाँ जी। ਉਹਨੇ ਤਾਂ ਨਿਗਾਹ ਜਾਣਾ, ਉਹਨੂੰ ਮੈਂ ਪੁੱਛਿਆ ਆ, ਕਹਿੰਦੀ ਮੇਰਾ ਸਰੀਰ ਨਹੀਂ ਠੀਕ ਅਤੇ ਤੇਰਾ ਵੀ ਮੁੰਡਾ ਤਾਂ ਚੁੱਪ ਨਹੀਂ ਕਰਦਾ ਕਿਸੇ ਵੇਲੇ, ਇੱਦਾਂ ਵੀ ਵਿਆਹ ਮੈਂ ਇਕੱਲੀ ਚੱਲ ਜਾਂਦੀ ਹਾਂ। ਨਹੀਂ ਮੰਮੀ ਜੀ ਮੈਂ ਵੀ ਜਾਊਂਗੀ, ਮੁੰਡੇ ਨੂੰ ਮੈਂ ਚੁੱਪ ਕਰਾ ਲੂੰਗੀ ਆਪੇ, ਘਰ ਦਾ ਵਿਆਹ ਵਾ ਅਸੀਂ ਨਹੀਂ ਜਾਣਾ ਅਤੇ ਹੋਰ ਕਿੰਨੇ ਜਾਣਾ ਆ।
चुप दे किसी वेले करदा नहीं ना उन्हें तेन कुछ उत्थे खान देना आ तो की करेंगी तू उत्थे तुम्हें मम्मी इन्नी टेंशन ना लो मैं आप ही खा पी लूंगी नाले वो जांदी जावे नहीं जांदी ना जावे पर मैं तो जरूर जाना आ चल फिर तू अपनी मर्जी कर मैं तो जाना ही जाना वा मेरा तो इरादा ही पछताउंदा बथेरा है भी तेनू तो मैं कल्ली चल जांदी ओदा तो तू कहीं नहीं मुंडा मेरा चुप ही नहीं करता मैं कोई काम ही नहीं कर सकती व्याह वारी वेखड़ी छेती तैयार हो गई मम्मी जी ताडे सामने ही आ मैं कड़ा उन्हें चुंडियां वड के रवा दिनी आ हुण रोंदा वा तो फिर मैं कहना ही आ भी रोंदा आ वेखो किड्डी स्कीम बनाई आ कहिंदे ने कल्ले व्याह चल जांदे आ कल्लियां नूं तां अहीं वी नहीं जाण देवांगे जावांगे तां अहीं वी दोवें नाल ही चलो जी असीं भी हो गए हां तैयार हुण मैं अपने साहब पुत नूं तैयार कर लां फिर ही कमरे चों बाहर निकलदे आ चल चल पुत छेती चलीए किरे ते दादी कल्ली ना चल जे आपां नूं इत्थे ना छड्ड जे किधर इधर तू ही उधर ही चलो फिर ठीक है आ जाओ फिर मम्मी आ जाओ चलिए जाना नहीं है हाँ है मम्मी तो तैयार ही नहीं हुए किधर आप ही तो ही कहने ही व्याह है तो जाना नहीं है तू ही तैयार ही नहीं हुए हजे तक आइदा तो शिला नहीं है जे पूरा हो डिया तो एदा लक भी बड़ा दुखदा ही ते तेरा मुंडा नहीं ही चुप करदा हुण तेरा मुंडा भी चुप कर गया आ ओदा शिला भी पूरा हो गया आ बड़ी शैतान आप तो 2 महीने हो गए मुंडे हुए शिले का बना ला के अंदर ही बड़े रहने नाले चोर नाले चेतर तू मेनू शैतान मेनू कही जान डे हो निकल दे तुम अंदरों रोटी नी पका सकती कपड़े नी धो सकती टोर मारन दी वारी पता नहीं लगा किधरों मार के आ गई चुप करके तो बह लो किधर नहीं का जाना काम करिया करो दोवे जानिया है नी की एक दूजे के मूंह वाल वेखी जांदियां जे बंदियां बन के ना दोवें जानियां ते काम करो मैं वेख लिया तुहाडे पखंड हुण मैनूं लगा तुहाडा पता जे ना काम कीता ते डंडे ना कराऊंगी हुण तुहाडे कोलों बड़ी तैयारी मारी आ किते व्याह वी चले मम्मी व्याह कित्थे जाणा आ मैं ते अंदरों कढ़ी आ इन्हां नूं बहाना लाया मैं व्याह दा ते मैनूं लग गया पता पी इह ते पखंड करदियां सारे है पखंडी ही और की है हाँ मम्मी तुसी चंगा काम कीता जे मैं तो पोतड़े तो उदो कमला हो चलिया ये तो किसी हिलदी नहीं मंजे तो पोते हुण फिकर ना कर हुण नहीं तू पोतड़े धोंदा तो ना मैं तेनू धोन देने आ सही गल आ मम्मी आ तुसी चंगा कीता सारे काम आप ही करया करेंगी बहाने लाउनी मन सवन्ने मैं नहीं बहाने लाउनी इन्हां वाल वेख वेख के मैं जाच सिखी आ लग गया ना पता तेनू तेन लग गया ना पता किन्ने पखंड कर दियां दोवें जानियां आ वेख ला किते टोर च कोई फर्क हैगा इन्हां दे च कोई इन्हां नूं आखूगा इहनूं आखूगा कोई भी इहदा शिला ही उहनूं आखूगा कोई भी इहदा मुंडा रोंदा ते कोई मैं काम नहीं करना आ बहाने लाउंदियां ई दोवें बहाने बनाउणे आ कि होर की अज फल ही नहीं इन्हां दी मैं सारी स्कीम अपनी लड़ा के ना आ वेख लैंदियां ई बाहर ना मम्मी तुसीं कोई काम करना ना मैं आपे दोवें जाणे करनगे इह दोवें करनगे ना करनगे ते डंडा हुण मैं कायम करके रखणा आ वाह ठीक आ मेरा तो मुंडा खाप च लिया पोत नहीं धो गए आहो किडे टोर कड कड बाहर आईया व्याह छड दिया अगलिया व्याह कि पता लग जाए सही इन्हां नूं भी किते कोई पार्टी आ कोई व्याह आ किते मिंट नहीं मार दिया ओदा ओ भी बहाने ते ओ भी बहाने हुण कर लगियां काम